ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਦੇ ਉੱਤੇ। ਦੋਸਤੋ, ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਕਰਨਾ, ਬੈਲ ਆਈਕਨ ਦਬਾਉਣਾ ਨਾ ਭੁੱਲਿਓ ਹਰ ਨਵੀਂ ਅਪਡੇਟ ਦੇ ਲਈ। ਅਤੇ ਦੋਸਤੋ, ਅੱਜ ਤੁਹਾਡੇ ਲਈ ਕਾਫੀ ਅੱਛਾ ਅਸੀਂ ਰਿਕਰੂਟਮੈਂਟ ਨੋਟਿਸ ਹੈ ਲੈ ਕੇ ਆਏ ਹਾਂ। ਦੋਸਤੋ, ਇਹ ਹੈਗਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਵੱਲੋਂ। ਅਤੇ ਦੋਸਤੋ, ਇਹਦੇ ਵਿੱਚ ਕਾਫੀ ਸਾਰੀਆਂ PN ਦੀਆਂ ਵੈਕੈਂਸੀਜ਼ ਆਈਆਂ ਨੇ। ਗਰੁੱਪ ਡੀ ਦੀ ਭਰਤੀ ਆਈ ਹੈ ਜੀ PN ਦੇ ਲਈ, ਅਤੇ ਪੰਜਾਬ ਸਰਕਾਰ ਵੱਲੋਂ ਭਰਤੀ ਹੈ ਦੋਸਤੋ, ਕੋਰਟ ਦੇ ਵਿੱਚ ਭਰਤੀ ਹੈ, ਲੁਧਿਆਣਾ ਕੋਰਟ ਦੇ ਵਿੱਚ। ਅਤੇ ਟੋਟਲ 26 ਪੋਸਟਾਂ ਜੀ, 26 ਪੋਸਟਾਂ ਇਕੱਲੇ PN ਦੀਆਂ। ਇਸ ਤੋਂ ਇਲਾਵਾ 6 ਪੋਸਟਾਂ ਪ੍ਰੋਸੈਸ ਸਰਵਰ ਦੇ ਲਈ ਨੇ, ਅਤੇ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਵੀ ਦੇਵਾਂਗੇ, ਕਿਵੇਂ ਅਪਲਾਈ ਕਰਨਾ, ਕਿੱਥੋਂ ਫਾਰਮ ਮਿਲੇਗਾ, ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ, ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਨੀ ਹੈ ਵੀਡੀਓ, ਵਟਸਐਪ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਨੀਚੇ ਸ਼ੇਅਰ ਬਟਨ ਦੇ ਕਲਿੱਕ ਕਰਕੇ। ਅਤੇ ਸਭ ਤੋਂ ਪਹਿਲਾਂ ਆਓ ਨੋਟੀਫਿਕੇਸ਼ਨ ਵੱਲ ਚੱਲਦੇ ਹਾਂ ਦੋਸਤੋ। ਅਤੇ ਇਹਨੂੰ ਅਪਲਾਈ ਤੁਸੀਂ ਦੋਸਤੋ ਆਫਲਾਈਨ ਕਰ ਸਕਦੇ ਹੋ। ਆਫਲਾਈਨ ਕਹਿਣ ਦਾ ਭਾਵ ਹੈ ਕਿ ਬਾਏ ਡਾਕ ਤੁਸੀਂ ਇਹਨਾਂ ਨੂੰ ਭੇਜ ਸਕਦੇ ਹੋ ਫਾਰਮਾਂ ਨੂੰ। ਅਤੇ 6 ਮਾਰਚ 2020 ਇਹਦੀ ਆਖਰੀ ਮਿਤੀ ਹੈ ਜੀ, ਸ਼ਾਮ 5 ਵਜੇ ਤੱਕ ਤੁਸੀਂ ਫਾਰਮ ਭੇਜ ਸਕਦੇ ਹੋ, ਅਤੇ PN ਦੇ ਲਈ ਅਤੇ ਪ੍ਰੋਸੈਸ ਸਰਵਰ ਦੇ ਲਈ। ਅਤੇ ਜੇਕਰ ਤੁਸੀਂ ਦੋਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੱਖਰੇ ਵੱਖਰੇ 2 ਫਾਰਮ ਭੇਜਣੇ ਪੈਣਗੇ ਦੋਨਾਂ ਪੋਸਟਾਂ ਦੇ ਲਈ। ਅਤੇ ਦੋਸਤੋ, ਇਹਦੇ ਨਾਲ ਫਾਰਮ ਦੇ ਨਾਲ ਆਪਣੇ ਜੋ ਵੀ ਤੁਹਾਡੇ ਡਾਕੂਮੈਂਟਸ ਨੇ ਉਹ ਸੈਲਫ ਅਟੈਸਟਡ ਕਰਕੇ ਉਹਨਾਂ ਦੀਆਂ ਫੋਟੋ ਕਾਪੀਜ ਨੱਥੀ ਕਰ ਦੇਣੀਆਂ ਨੇ, ਅਤੇ ਇਸ ਦੇ ਨਾਲ 2 ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਜ਼ਰੂਰ ਲਗਾਉਣੇ ਨੇ ਦੋਸਤੋ। ਅਤੇ ਇੱਕ ਹੈ ਜਿਹੜਾ ਫਾਰਮ ਦੇ ਉੱਤੇ ਚਿਪਕਾ ਦੇਣਾ, ਇੱਕ ਸਟੈਪਲ ਕਰ ਦੇਣਾ ਨਾਲ। ਅਤੇ ਦੋਸਤੋ, ਇਹ ਜਿਹੜੀ ਤੁਹਾਨੂੰ ਸੈਲਰੀ ਮਿਲਣੀ ਆ, ਇਹ ਫਿਕਸ ਸੈਲਰੀ ਮਿਲਣੀ ਆ, 5,500 ਰੁਪਇਆ ਪ੍ਰਤੀ ਮਹੀਨਾ। ਅਤੇ ਹੋ ਸਕਦਾ ਉਸ ਤੋਂ ਬਾਅਦ ਥੋੜ੍ਹੀ ਬਹੁਤ ਸੈਲਰੀ ਤੁਹਾਡੀ ਐਕਸਟੈਂਡ ਵੀ ਹੁੰਦੀ ਰਹੇ। ਅਤੇ ਕਾਫੀ ਅੱਛੀ ਹੈ ਜੀ, ਇਹਦੇ ਅਕੋਰਡਿੰਗ, ਗਰੁੱਪ ਡੀ ਦੇ ਅਕੋਰਡਿੰਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਕੋਰਡਿੰਗ। ਅਤੇ ਇਹਦਾ ਬੇਸਿਕਲੀ ਪੇ ਸਕੇਲ ਹੈ ਜੀ 4,900 ਰੁਪਏ ਤੋਂ 10,680 ਪਲੱਸ 1,650 ਗ੍ਰੇਡ ਪੇ ਦੇ ਨਾਲ। ਅਤੇ ਪੰਜਾਬ ਸਰਕਾਰ ਦੇ ਰੂਲ ਦੇ ਅਕੋਰਡਿੰਗ ਹੀ ਤੁਹਾਨੂੰ ਸੈਲਰੀ ਜਿਹੜੀ ਦਿੱਤੀ ਜਾਏਗੀ, ਇੱਥੇ ਸਾਫ਼ ਸਾਫ਼ ਲਿਖਿਆ ਹੋਇਆ। ਅਤੇ ਬਾਕੀ ਦੋਸਤੋ, ਇਹਦੇ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੈਂਡੀਡੇਟ ਨੂੰ ਪੰਜਾਬੀ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਹੈ 8ਵੀਂ ਕਲਾਸ ਤੱਕ। ਅਤੇ ਜੇਕਰ ਤੁਹਾਡੇ ਕੋਲ 8ਵੀਂ ਦਾ ਸਰਟੀਫਿਕੇਟ ਨਹੀਂ ਹੈਗਾ, 10ਵੀਂ ਦਾ ਸਰਟੀਫਿਕੇਟ ਹੈਗਾ, ਅਤੇ 10ਵੀਂ ਦੇ ਵਿੱਚ ਤੁਸੀਂ ਪੰਜਾਬੀ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਦੋਸਤੋ, ਏਜ ਲਿਮਿਟ ਦੀ ਗੱਲ ਕਰੀਏ, 18 ਤੋਂ 35 ਸਾਲ ਏਜ ਲਿਮਿਟ ਹੈ ਜੀ 1/1/2020 ਦੇ ਅਨੁਸਾਰ। ਅਤੇ SC ਦੇ ਲਈ ਅਪਰ ਏਜ ਲਿਮਿਟ ਦੇ ਵਿੱਚ 5 ਸਾਲ ਦੀ ਰਿਲੈਕਸੇਸ਼ਨ ਹੈ। ਅਤੇ ਦੋਸਤੋ, ਹੁਣ ਥੋੜ੍ਹੀ ਬ੍ਰੇਕਅਪ ਕੈਟੇਗਰੀ ਬ੍ਰੇਕਅਪ ਦੱਸਣ ਲੱਗੇ ਹਾਂ ਤੁਹਾਨੂੰ ਕੈਟੇਗਰੀ ਵਾਈਜ਼, ਅਤੇ ਵੰਡ ਦੱਸਣ ਲੱਗੇ ਹਾਂ ਕਿਹੜੀ ਕੈਟੇਗਰੀ ਦੇ ਲਈ ਕਿੰਨੀਆਂ ਪੋਸਟਾਂ ਜੀ। ਜਨਰਲ ਕੈਟੇਗਰੀ ਦੇ ਲਈ 14 ਪੋਸਟਾਂ ਦੋਸਤੋ, SC ਮਜ਼੍ਹਬੀ ਬਾਲਮੀਕੀ ਦੇ ਲਈ 3 ਨੇ ਜੀ, PHC ਦੇ ਲਈ ਫਿਜ਼ੀਕਲ ਹੈਂਡੀਕੈਪਡ ਇਹਨਾਂ ਲਈ 1 ਹੈ ਜੀ, SC ਅਦਰ ਦੇ ਲਈ 2 ਨੇ, BC ਜਾਂ OBC ਦੇ ਲਈ 3 ਨੇ, ਐਕਸ ਸਰਵਿਸਮੈਨ ਜਨਰਲ ਦੇ ਲਈ 2 ਨੇ, ਐਕਸ ਸਰਵਿਸਮੈਨ SC ਦੇ ਲਈ 1 ਹੈ। ਤਾਂ ਟੋਟਲ ਕੁੱਲ ਮਿਲਾ ਕੇ 26 ਪੋਸਟਾਂ ਹੋ ਗਈਆਂ ਦੋਸਤੋ। ਅਤੇ ਪੋਸਟਾਂ ਘਟਾਈਆਂ ਵਧਾਈਆਂ ਵੀ ਜਾ ਸਕਦੀਆਂ ਨੇ ਕੋਰਟ ਦੇ ਅਕੋਰਡਿੰਗ। ਅਤੇ ਸਿਲੈਕਸ਼ਨ ਕ੍ਰਾਈਟੇਰੀਆ ਦੋਸਤੋ, ਇਹਦਾ ਇੱਥੇ ਸਾਫ਼ ਸਾਫ਼ ਮੈਂਸ਼ਨ ਕੀਤਾ ਹੋਇਆ ਕਿ ਜਿੰਨੇ ਤੁਹਾਡੇ ਇੰਟਰਵਿਊ ਦੇ ਵਿੱਚ ਮਾਰਕਸ ਆਉਣਗੇ ਉਸ ਆਧਾਰ 'ਤੇ ਤੁਹਾਡੀ ਸਿਲੈਕਸ਼ਨ ਹੈ ਜਿਹੜੀ ਕੀਤੀ ਜਾਵੇਗੀ ਲੁਧਿਆਣਾ ਕੋਰਟ ਦੇ ਵਿੱਚ। ਅਤੇ ਇੰਟਰਵਿਊ ਦੀਆਂ ਡੇਟਸ ਨੇ ਜਿਹੜੀਆਂ ਇੱਥੇ ਦਿੱਤੀਆਂ ਹੋਈਆਂ ਨੇ ਨਾਮ ਦੇ ਅਕੋਰਡਿੰਗ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਵੀ ਚੈੱਕ ਕਰ ਲੈਣਾ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ 17 ਮਾਰਚ 2020 ਨੂੰ ਤੁਹਾਡੀ ਉੱਥੇ ਲਿਸਟਾਂ ਪੈ ਜਾਣੀਆਂ ਇਹਨਾਂ ਦੀ ਵੈਬਸਾਈਟ 'ਤੇ। ਵੈਬਸਾਈਟ ਤੁਸੀਂ ਦੇਖ ਸਕਦੇ ਹੋ HTTPS, ਠੀਕ ਹੈ ਜੀ। ਵੈਬਸਾਈਟ ਦਾ ਐਡਰੈਸ ਦਿੱਤਾ ਗਿਆ, ਇਹ ਵੈਬਸਾਈਟ ਦਾ ਐਡਰੈਸ ਹੈ ਦੋਸਤੋ, ਇਹ ਗੂਗਲ 'ਤੇ ਭਰ ਲੈਣਾ ਤੁਸੀਂ। ਅਤੇ ਇਸ ਤੋਂ ਇਲਾਵਾ ਇਸ ਵੈਬਸਾਈਟ 'ਤੇ ਲਿਸਟਾਂ ਆ ਜਾਣੀਆਂ ਨੇ, ਰੋਲ ਨੰਬਰ ਆ ਜਾਣੇ ਨੇ ਕੈਂਡੀਡੇਟਸ ਦੇ, ਅਤੇ ਤੁਸੀਂ ਚੈੱਕ ਕਰ ਲੈਣਾ ਆਪਣਾ ਨਾਮ, ਆਪਣਾ ਰੋਲ ਨੰਬਰ ਅਪਲਾਈ ਕਰਨ ਤੋਂ ਬਾਅਦ, ਠੀਕ ਹੈ ਜੀ। ਅਤੇ ਜਦੋਂ ਤੁਹਾਨੂੰ ਦਿਖ ਗਿਆ ਉੱਥੇ ਕਿ ਤੁਹਾਡਾ ਇਹ ਰੋਲ ਨੰਬਰ ਹੈ, ਇਹ ਨਾਮ ਹੈ ਦਿੱਤਾ ਹੋਇਆ ਲਿਸਟ ਦੇ ਵਿੱਚ, ਤਾਂ ਤੁਸੀਂ ਇਹਨਾਂ ਡੇਟਸ ਨੂੰ ਉੱਥੇ ਪਹੁੰਚਣਾ, ਜਿਹਨਾਂ ਨਾਮ ਏ ਤੋਂ ਐੱਫ ਤੱਕ ਆਉਂਦਾ ਉਹਨਾਂ ਨੇ ਪਹੁੰਚਣਾ 18 ਮਾਰਚ ਨੂੰ, ਜੀ ਤੋਂ ਆਈ ਤੱਕ 19 ਮਾਰਚ, ਜੇ ਤੋਂ ਐੱਲ ਤੱਕ 20 ਮਾਰਚ, ਐੱਮ ਤੋਂ ਪੀ ਤੱਕ 21 ਮਾਰਚ, ਕਿਊ ਤੋਂ ਆਰ ਤੱਕ 23 ਮਾਰਚ, ਐੱਸ ਤੋਂ ਜ਼ੈੱਡ ਤੱਕ 24 ਮਾਰਚ। ਤਾਂ ਤੁਸੀਂ ਸਵੇਰੇ 10 ਵਜੇ ਉੱਥੇ ਪਹੁੰਚ ਜਾਣਾ ਦੋਸਤੋ, ਅਤੇ ਆਪਣੇ ਓਰਿਜਿਨਲ ਡਾਕੂਮੈਂਟਸ ਅਤੇ 1 ID ਪਰੂਫ ਜ਼ਰੂਰ ਨਾਲ ਲੈ ਕੇ ਜਾਣਾ। ਅਤੇ ਕਿੱਥੇ ਪਹੁੰਚਣਾ ਨੋਟ ਕਰ ਲਓ, ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ, ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ, ਬੈਕ ਸਾਈਡ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ DC ਆਫਿਸ ਲੁਧਿਆਣਾ।
ਇੱਥੇ ਪਹੁੰਚਣਾ ਇੰਟਰਵਿਊ ਡੇਟਸ ਦੇ ਅਨੁਸਾਰ। ਅਤੇ ਦੋਸਤੋ ਐਡਰੈਸ ਨੋਟ ਕਰ ਲਓ ਜਿੱਥੇ ਤੁਸੀਂ ਫਾਰਮ ਭੇਜਣੇ ਆ, ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ, ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ, ਇੱਥੇ ਤੁਸੀਂ ਫਾਰਮ ਆ ਜਿਹੜੇ ਆਪਣੇ ਭੇਜ ਦੇਣੇ ਆ, ਲੁਧਿਆਣਾ ਦਾ ਪਿੰਨ ਕੋਡ ਨਾਲ ਜ਼ਰੂਰ ਪਾ ਦੇਣਾ। ਅਤੇ ਇਸ ਤੋਂ ਇਲਾਵਾ ਦੋਸਤੋ ਪ੍ਰੋਸੈਸ ਸਰਵਰ ਦੀ ਗੱਲ ਕਰੀਏ ਤਾਂ ਇਹਦੇ ਲਈ ਟੋਟਲ 6 ਪੋਸਟ ਹੈ ਜੀ, ਗਰੁੱਪ ਡੀ ਦੀ ਭਰਤੀ ਹੈ ਵੀ। ਅਤੇ ਇਹ ਵੀ ਤੁਸੀਂ ਔਨਲਾਈਨ ਅਪਲਾਈ ਕਰ ਸੋਰੀ ਆਫਲਾਈਨ ਅਪਲਾਈ ਕਰ ਸਕਦੇ ਹੋ, ਨਾਲ ਫੋਟੋ ਕਾਪੀ ਸੈਲਫ ਟੈਸਟਡ ਕਰਕੇ ਨੱਥੀ ਕਰਨੀਆਂ ਨੇ। ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਕੈਟੇਗਰੀ ਦਾ ਪਰੂਫ ਆ, ਮੰਨ ਲਓ ਤੁਸੀਂ ਐਸਸੀ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ, ਤਾਂ ਕੈਟੇਗਰੀ ਦਾ ਜਿਹੜਾ ਸਰਟੀਫਿਕੇਟ ਆ ਉਹ ਜ਼ਰੂਰ ਲਗਾਉਣਾ ਨਾਲ। ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਲਗਾਉਣੀਆਂ ਨੇ। ਅਤੇ ਇਹਦੀ ਵੀ ਲਾਸਟ ਡੇਟ ਆ ਜਿਹੜੀ 6 ਮਾਰਚ 2020 ਹੈ। ਅਤੇ ਇਹਦੀ ਵੀ ਫਿਕਸ ਸੈਲਰੀ ਤੁਹਾਨੂੰ 5300 ਰੁਪਇਆ ਮਿਲਣੀ ਹੈ ਜੀ ਪਰ ਮੰਥ, ਸੇਮ ਪੇ ਸਕੇਲ ਅਤੇ ਸੇਮ ਗ੍ਰੇਡ ਪੇ ਦੇ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ। ਅਤੇ ਇਹਦੇ ਲਈ ਤੁਸੀਂ 10ਵੀਂ ਪਾਸ ਕੀਤੀ ਹੋਵੇ, 10ਵੀਂ ਦੇ ਵਿੱਚ ਪੰਜਾਬੀ ਜ਼ਰੂਰੀ ਪਾਸ ਕੀਤੀ ਹੋਵੇ। ਅਤੇ ਉਮਰ ਹੱਦ ਸੇਮ ਰਹੇਗੀ ਜੀ ਉਹਦੇ ਵਾਂਗੂ ਹੀ। ਅਤੇ ਕੈਟੇਗਰੀ ਵਾਈਜ਼ ਗੱਲ ਕਰੀਏ ਤਾਂ ਜਨਰਲ ਦੀਆਂ 5 ਨੇ ਜੀ, ਐਸ ਸੀ ਐਕਸ ਸਰਵਿਸਮੈਨ ਦੀ 1 ਪੋਸਟ ਹੈ, ਤਾਂ ਟੋਟਲ ਇਹਦੇ 'ਚ 6 ਪੋਸਟ ਹੈ। ਅਤੇ ਵੈਸੇ ਐਸ ਸੀ ਦੂਜੇ ਵੀ ਅਪਲਾਈ ਕਰ ਸਕਦੇ ਆ, ਵਿਦਆਊਟ ਐਕਸ ਸਰਵਿਸਮੈਨ ਨੇ ਜਿਹੜੇ ਉਹ ਵੀ ਅਪਲਾਈ ਇਹਦੇ 'ਚ ਕਰ ਸਕਦੇ ਆ, ਕਿਉਂਕਿ ਇੱਥੇ ਸਾਫ਼ ਸਾਫ਼ ਲਿਖਿਆ ਦਾ ਅਬਵ ਮੈਂਸ਼ਨਡ ਰਿਜ਼ਰਵੇਸ਼ਨ ਰੋਸਟਰ ਵਿਲ ਬੀ ਅਬਜ਼ਰਵਡ ਪ੍ਰੋਵਾਈਡਡ ਦੈਟ ਵੇਅਰ ਨੋ ਕੈਂਡੀਡੇਟ ਆਫ ਰਿਜ਼ਰਵ ਕੈਟੇਗਰੀ ਇਜ਼ ਅਵੇਲੇਬਲ, ਦੈਨ ਅਪੁਆਇੰਟਮੈਂਟ ਸ਼ੈਲ ਵੀ ਮੇਡ ਫਰੋਮ ਜਨਰਲ ਕੈਟੇਗਰੀ। ਠੀਕ ਹੈ ਜੀ, ਤਾਂ ਕਰਕੇ ਤੁਸੀਂ ਕੋਈ ਵੀ ਕੈਟੇਗਰੀ ਦਾ ਅਪਲਾਈ ਕਰ ਸਕਦਾ, ਕੋਈ ਦਿੱਕਤ ਨਹੀਂ। ਅਤੇ ਸਿਲੈਕਸ਼ਨ ਕ੍ਰਾਈਟੇਰੀਆ ਸੇਮ ਰਹੇਗਾ ਦੋਸਤੋ, ਇੰਟਰਵਿਊ ਦੇ ਆਧਾਰ 'ਤੇ ਹੀ ਜਿਹੜੀ ਸਿਲੈਕਸ਼ਨ ਹੋਣੀ ਹੈ। ਅਤੇ ਇਹਦੀਆਂ ਵੀ ਲਿਸਟਾਂ ਨੇ ਜਿਹੜੀਆਂ 17 ਮਾਰਚ 2020 ਨੂੰ ਸੇਮ ਵੈਬਸਾਈਟ ਦੇ ਉੱਤੇ ਆ ਜਾਣੀਆਂ, ਤੁਸੀਂ ਵੈਬਸਾਈਟ 'ਤੇ ਚੈੱਕ ਕਰਦੇ ਰਹਿਣਾ। ਅਤੇ ਪਹੁੰਚਣਾ ਇਹਦੇ ਲਈ ਵੀ ਉੱਥੇ ਹੀ ਆ ਜਿੱਥੇ PN ਦੇ ਲਈ ਪਹੁੰਚਣਾ ਸੀ ਤੁਸੀਂ, ਉਸੇ ਉਹੀ ਵੈਨਿਊ ਆ, ਉਹੀ ਟਾਈਮਿੰਗ ਆ, ਸਵੇਰੇ 10 ਵਜੇ। ਅਤੇ ਇਹਦਾ ਨੋਟ ਕਰ ਲਓ ਦੋਸਤੋ, ਏ ਤੋਂ ਐੱਫ ਤੱਕ 18 ਮਾਰਚ, ਜੀ ਤੋਂ ਆਈ ਤੱਕ 19 ਮਾਰਚ, ਜੇ ਤੋਂ ਐੱਲ ਤੱਕ 20 ਮਾਰਚ, ਐੱਮ ਤੋਂ ਪੀ ਤੱਕ 21 ਮਾਰਚ, ਕਿਊ ਤੋਂ ਆਰ ਤੱਕ 23 ਮਾਰਚ, ਐੱਸ ਤੋਂ ਜ਼ੈੱਡ ਤੱਕ 24 ਮਾਰਚ। ਤਾਂ ਇਹ ਆ ਜਿਹੜਾ ਪ੍ਰੋਸੈਸ ਸਰਵਰ ਦਾ ਸ਼ਡਿਊਲ ਆ। ਅਤੇ ਬਾਕੀ ਦੋਸਤੋ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਨੂੰ ਅਪਲਾਈ ਕਰੋ, ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਉਹ ਵੀ ਪੰਜਾਬ ਦੇ ਵਿੱਚ, ਉਹ ਵੀ ਲੁਧਿਆਣਾ ਦੇ ਵਿੱਚ। ਅਤੇ ਜੇਕਰ ਤੁਹਾਨੂੰ ਫਾਰਮ ਚਾਹੀਦਾ ਤਾਂ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ, ਅਤੇ ਵਟਸਐਪ ਦੇ ਉੱਤੇ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ PDF ਫਾਈਲ ਫਾਰਮ ਦੀ। ਵਟਸਐਪ ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ, ਇੱਥੇ ਵੀ ਨੋਟ ਕਰ ਲਓ 9508-67264। ਅਤੇ ਜੇਕਰ ਤੁਸੀਂ ਸਾਡੇ ਰਾਹੀਂ ਅਪਲਾਈ ਕਰਵਾਉਣਾ ਚਾਹੁੰਦੇ ਹੋ ਫਾਰਮ, ਤਾਂ ਇਹਦੇ ਲਈ 150 ਰੁਪਏ ਫੀਸ ਹੈ ਇੱਕ ਕੈਂਡੀਡੇਟ ਦੀ। ਤਾਂ ਤੁਸੀਂ ਆਪਣੇ ਡਾਕੂਮੈਂਟ ਤੁਹਾਨੂੰ ਵਟਸਐਪ 'ਤੇ ਸੈਂਡ ਕਰ ਸਕਦੇ ਹੋ, ਤੁਹਾਡਾ ਫਾਰਮ ਅਪਲਾਈ ਕਰਕੇ ਤੁਹਾਨੂੰ ਫੀ ਇਹਦੀ ਰਿਸਿਪਟ ਵਗੈਰਾ ਜਿਹੜੀ ਪੋਸਟ ਆਫਿਸ ਦੀ ਹੋਏਗੀ ਉਹ ਤੁਹਾਨੂੰ ਸੈਂਡ ਕਰ ਦਿੱਤੀ ਜਾਏਗੀ। ਅਤੇ ਬਾਕੀ ਜਾਣਕਾਰੀ ਲਈ ਜੁੜੇ ਰਹੋ ਜੀ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਦੋਸਤੋ। ਧੰਨਵਾਦ।